ਸਤ ਸ੍ਰੀ ਅਕਾਲ ਕੀ ਹਾਲ ਹੈ ਜੀ ਦੋਸਤਾਂ ਦਾ ਠੀਕ ਠਾਕ ਡਿਜੀਟਲ ਟਰੈਕਟਰ YouTube ਚੈਨਲ ਤੇ ਖੁਸ਼ ਆਮਦੀਦ ਅੱਜ ਦੀ ਵੀਡੀਓ ਸੀ ਲੈ ਕੇ ਆਏ ਆ ਐਮਐਫ 260 ਆ ਇਹਦੀ ਤੁਹਾਨੂੰ ਪ੍ਰਾਈਸ ਦੇ ਬਾਰੇ ਦੱਸਾਂਗੇ 2022 ਮਾਡਲ ਦੇ ਜਿਹੜੀਆਂ ਕੋ ਤਬਦੀਲੀਆਂ ਕੀਤੀਆਂ ਗਈਆਂ ਸਾਰੀ ਇਨਫੋਰਮੇਸ਼ਨ ਦੋਸਤਾਂ ਨਾਲ ਸ਼ੇਅਰ ਕਰਦੇ ਆ ਇਸ ਤੋਂ ਪਹਿਲੇ ਅਗਰ ਤੁਸੀਂ ਸਾਡਾ ਚੈਨਲ ਡਿਜੀਟਲ ਟਰੈਕਟਰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਜ਼ਰੂਰ ਦਬਾਉਣਾ ਕਿਉਂਕਿ ਹਰ ਵੀਡੀਓ ਦੀ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਟਾਈਮ ਸਿਰ ਮਿਲਦੀ ਦਵੇ ਗੱਲਬਾਤ ਕਰਦੇ ਆਂ ਇਹਦੀ ਜਿਹੜੀ ਕੀਮਤ ਚੱਲ ਰਹੀ ਹੈ ਇਸ ਟਾਈਮ 2022 ਮਾਡਲ ਦੀ ਐਮਐਫ 260 ਟਰਬੋ ਇਹਦਾ ਬੁਕਿੰਗ ਰੇਟ ਜਿਹੜਾ ਹੈਗਾ ਵਾ 14 ਲੱਖ 17500 ਰੁਪਏ ਹੈ 260 ਦਾ 2022 ਮਾਡਲ ਦਾ ਤੇ ਇਹਦੇ ਵਿੱਚ ਜਿਹੜੀਆਂ ਅਗੋ ਬਾਈ ਜੀ ਤਬਦੀਲੀਆਂ ਕੀਤੀਆਂ ਗਈਆਂ ਉਹ ਕੁਝ ਖਾਸ ਤਬਦੀਲੀਆਂ ਨਹੀਂ ਕੀਤੀਆਂ ਗਈਆਂ ਬੁਕਿੰਗ ਰੇਟ 14 ਲੱਖ 17500 ਹੈ ਅਗਰ ਤੁਸੀਂ ਕੈਸ਼ ਤੇ ਲੋਗੇ ਤੇ ਕੁਝ ਤੁਹਾਨੂੰ ਅਦਾਫੀ ਦੇਨੇ ਪੈਣਗੇ ਡੀਲਰ ਹਜ਼ਰਤ ਨੂੰ ਫਿਰ ਤੁਸੀਂ ਕੈਸ਼ ਤੇ ਲੈ ਸਕਦੇ ਜੀ ਤੇ ਇਹਦੇ ਵਿੱਚ ਜੇ ਤੁਸੀਂ ਪੈਂਥਰ ਟਾਇਰ ਲੋਗੇ ਉਹਦੇ ਵਿੱਚ ਥੋੜੀ ਜੀ ਜ਼ਿਆਦਾ ਹੁੰਦੀ ਕੀਮਤ ਤੇ ਜੇ ਸਰਵਿਸ ਲੋਗੇ ਮਤਲਬ ਸਰਵਿਸ ਟਾਇਰ ਜਾਂ ਪੈਂਥਰ ਟਾਇਰ ਇਹਦੇ ਵਿੱਚ ਥੋੜਾ ਕੀਮਤ ਦਾ ਡਿਫਰੈਂਟ ਹੁੰਦਾ ਹੈ ਜ਼ਿਆਦਾ ਨਹੀਂ ਹੈ ਕੋਈ 5-7000 ਦਾ 10000 ਤੱਕ ਹੁੰਦਾ ਹੈ ਬਾਕੀ ਤੁਸੀਂ ਅਗਰ ਕੈਸ਼ ਤੇ ਲੈਣਾ ਚਾਹੁੰਦੇ ਹੋ ਤੇ ਦੋਸਤੋ ਸਾਢੇ ਦੀ ਜਿਹੜੀ ਕੀਮਤ ਆ ਉਹ ਤਕਰੀਬਨ 14.5 ਲੱਖ ਦੇ ਕਰੀਬ ਆ ਜੇ ਤੁਸੀਂ ਬੁਕਿੰਗ ਕਰਵਾਓਗੇ ਉਹ ਤੁਹਾਨੂੰ 14,11,000 ਚ ਮਿਲੇਗਾ ਤੇ ਕੋਈ ਖਾਸ ਤਬਦੀਲੀ ਨਹੀਂ ਕੀਤੀ ਗਈ ਸੇਮ ਉਹੀ ਹੈ ਜਿਹੜਾ 2021 ਮਾਡਲ ਆ ਕੋਈ ਤਬਦੀਲੀ ਨਹੀਂ ਕੀਤੀ ਗਈ ਸੇਮ ਉਹੀ ਟਰੈਕਟਰ ਆ ਕੀਮਤ ਦੇ ਵਿੱਚ ਫਰਕ ਜ਼ਰੂਰ ਆਇਆ ਵਾ ਅੱਗੋਂ 2022 ਦੇ ਵਿੱਚ ਕੁਝ 17% ਸੇਲ ਟੈਕਸ ਲਗਾਏ ਗਏ ਸੀ ਉਹਦੇ ਵਿੱਚ ਐਡ ਨਹੀਂ ਕੀਤੇ ਉਹ ਟਰੈਕਟਰਾਂ ਦੇ ਵਿੱਚ ਐਡ ਨਹੀਂ ਹੋਏ ਬਾਕੀ ਦੂਸਰੀਆਂ ਚੀਜ਼ਾਂ ਦੇ ਵਿੱਚ ਐਡ ਹੋ ਗਏ ਨੇ ਇਹਦੇ ਚ ਨਹੀਂ ਐਡ ਫਿਲਹਾਲ ਜਿਹੜੀ ਕੀਮਤ ਤੇ ਚੱਲ ਰਹੀ ਆ